ਜੀ ਅਸਲਾਮੁਅਲੈਕੁਮ ਮੈਂ ਫਿਲਮ ਡਾਇਰੈਕਟਰ ਜਾਵੀਦ ਰਜ਼ਾ ਤੁਹਾਡੀ ਖਿਦਮਤ ਹਾਜ਼ਰ ਅੱਜ ਦੁਨੀਆ ਦੇ ਵਿੱਚ ਲਾਤਾੜਾ ਬੋਲੀਆਂ ਬੋਲੀਆਂ ਜਾਂਦੀਆਂ ਨੇ ਤੇ ਅਸੀਂ ਪੰਜਾਬ ਦੇ ਵਾਸੀ ਇੱਥੇ ਹੀ ਪੈਦਾ ਹੋਏ ਇੱਥੇ ਜੰਮੇ ਪੱਲੇ ਤੇ ਜਵਾਨ ਹੋਏ ਆਕ ਕੋਲੀ ਤੇ ਕਾਰਜ ਪੰਜਾਬੀ ਬੋਲੀ ਜਾਂਦੀ ਸੀ ਤੇ ਉਹ ਬਚਪਨ ਦਾ ਦੌਰ ਟੋਲੇ ਮਾਈਏ ਸੁਣਨੇ ਸੁਣਾਨੇ ਤੇ ਪੰਜਾਬ ਦੀ ਇੱਕ ਆਪਣੀ ਆਣ ਹੈ ਆਪਣੀ ਸ਼ਾਨ ਹੈ ਔਰ ਪੰਜ ਦਰਿਆਵਾਂ ਦਾ ਇਹ ਪੰਜਾਬ ਜਿੱਥੇ ਪੰਜਾਬੀ ਸਾਡੀ ਮਾਂ ਜਹੀ ਬੋਲੀ ਹੈ ਬੜਾ ਚੰਗਾ ਲੱਗਦਾ ਹੈ ਜਦੋਂ ਦੋਸਤਾਂ ਦੇ ਵਿੱਚ ਆਪਸ ਵਿੱਚ ਅਸੀਂ ਪੰਜਾਬੀ 'ਚ ਗੱਲਾਂ ਕਰਨੇ ਆ ਤੇ ਮੈਨੂੰ ਤੇ ਯਾਦ ਆਏ ਸੀ ਬਚਪਨ 'ਚ ਆ ਕੋਲੀ ਤੇ ਇੱਕ ਟੋਲਾ ਮਈਏ ਹੁੰਦਾ ਸੀ ਜੀ ਸਾਡੀ ਅਜਬ ਕਹਾਣੀ ਹੈ ਬੋਲ ਕੇ ਪੁਰਾਣੇ ਦੁਖੜੇ ਨਵੀਂ ਦੁਨੀਆ ਬਸਾਨੀ ਹੈ ਤੇ ਇਸੇ ਤਰ੍ਹਾਂ ਲੜਕੀ ਨੇ ਕਹਿੰਨਾ ਘੜਾ ਪਰਲੇ ਆ ਪਾਣੀ ਦਾ ਤੇ ਪਿੰਡ ਵੱਲ ਮੂੰਹ ਕਰਕੇ ਰਾਤ ਤੱਕ ਨਹੀਂ ਆਣੀ ਦਾ ਇਹ ਸੱਭਿਆਚਾਰ ਹੈ ਜੀ ਪੰਜਾਬ ਦੀ ਇਹ ਪੰਜਾਬੀ ਬੋਲੀ ਜਿਹੜੀ ਕਿ ਜਿੰਨੀ ਕਿਹਦੇ ਚ ਮਠਾਸ ਹੈ ਮੈਂ ਸਮਝਨਾ ਕਿ ਅਸੀਂ ਦੁਨੀਆ ਤੇ ਕਾਫੀ ਮੁਲਕਾਂ ਚ ਸਫਰ ਕੀਤਾ ਮਗਰ ਇਹ ਜ਼बान ਆਪਣੀ ਇੱਕ ਮਠਾਸ ਰੱਖਦੀ ਹੈ ਤੇ ਪੰਜਾਬ ਪੰਜਾਬ ਏ ਪੰਜਾਬੀ ਪੰਜਾਬੀ ਏ ਤੇ ਲਵ ਯੂ ਸਾਰਿਆਂ ਨੂੰ ਮੇਰਾ ਇੱਕ ਦਫਾ ਫੇਰ ਸलाम